ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਡੀਸੀ ਦਫ਼ਤਰ ਅੰਮ੍ਰਿਤਸਰ ਖੜ੍ਹੇ ਹਾਂ ਔਰ ਲਗਭਗ ਪੂਰੇ ਪੰਜਾਬ ਦੇ ਲੋਕਾਂ ਨੂੰ ਪਤਾ ਆ ਵੀ ਅਸੀਂ ਡੀਸੀ ਦਫ਼ਤਰ ਮੋਰਚਾ ਲਾਉਣਾ ਅੱਜ ਵਿੱਚ ਹੈ ਵੀ ਜਿਹੜੇ ਦਿੱਲੀ ਅੰਦੋਲਨ 2 ਸ਼ਹੀਦ ਹੋਏ ਆ ਉਹਨਾਂ ਦਾ ਮੁਆਵਜ਼ਾ ਨੌਕਰੀਆਂ ਔਰ ਪਹਿਲੇ ਦਿੱਲੀ ਅੰਦੋਲਨ ਦੇ ਵਿੱਚ ਉਹ ਜ਼ਖਮੀਆਂ ਦਾ ਮੁਆਵਜ਼ਾ ਪਰਾਲੀ ਵਾਲੇ ਮਸਲੇ ਦਾ ਠੋਸ ਹੱਲ DAP ਦਾ ਜਿਹੜਾ ਕ੍ਰਾਈਸਿਸ ਆ ਰਿਹਾ ਸਾਡੇ ਸਾਹਮਣੇ ਗਾਂ ਝੋਨੇ ਦੀ ਖਰੀਦ ਦਾ ਮਸਲਾ ਬਹੁਤ ਵੱਡਾ ਸਾਡੇ ਸਾਹਮਣੇ ਖੜ ਰਿਹਾ ਨਸ਼ਿਆਂ ਦੀ ਗੱਲ ਹੈਗੀ ਆ ਵੱਡੇ ਅਤੇ ਵਿਆਪਕ ਪੱਧਰ 'ਤੇ ਔਰ ਸਥਾਨਕ ਪੱਧਰ 'ਤੇ ਹਰ ਦਫ਼ਤਰਾਂ ਦੇ ਵਿੱਚ ਜਿਵੇਂ ਕਰਪਸ਼ਨ ਦਾ ਬੋਲਬਾਲਾ ਵਾ ਜਿਵੇਂ ਹਰ ਦਫ਼ਤਰ ਦੇ ਵਿੱਚ ਲੋਕ ਮਾੜੇ ਚੰਗੇ ਕੰਮ ਕਰਵਾਉਣ ਜਾਂਦੇ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਇਹ ਮੰਗਾਂ ਨੂੰ ਲੈ ਕੇ ਅੱਜ ਦਾ ਮੋਰਚਾ ਸੀਗਾ ਹੋਰ ਮੰਗਾਂ ਵੀ ਸੀਗੀਆਂ ਨਾਲ ਆਹ ਤੁਸੀਂ ਦੇਖੋ ਵੀ ਆਹ ਦੇਖੋ ਕੱਲ੍ਹ ਹੀ DC ਦਫ਼ਤਰੋਂ ਸਮਾਨ ਕੱਢ ਕੇ ਰੱਖ ਦਿੱਤਾ ਗਿਆ ਇੱਧਰ ਅਸੀਂ ਨਹੀਂ ਕਦੀ ਚਾਹੁੰਦੇ ਹੁੰਦੇ ਵੀ ਪਬਲਿਕ ਨੂੰ ਕੋਈ ਸਮੱਸਿਆ ਆਵੇ ਠੀਕ ਹੈ ਜੀ ਅਸੀਂ ਉੱਥੇ ਕਿਤੇ ਬਹਿੰਦੇ ਹੁੰਦੇ DC ਦਫ਼ਤਰ ਪੀਸਫੁਲੀ ਬਹਿਣ ਵਾਸਤੇ ਵੀ ਤੁਸੀਂ ਵੇਖ ਸਕਦੇ ਹੋ ਵੀ ਜਿਹੜਾ ਅਦਾਰਾ ਸਾਡੇ ਨਾਲ ਗੱਲ ਕਰ ਰਿਹਾ ਉਹਨੂੰ ਕਿੰਨੀ ਕੁ ਸਾਡੀ ਹੈਗੀ ਆ ਵੀ ਹੁਣ ਇਹ ਮੋਦੀ ਵਰਗੀਆਂ ਚਾਲਾਂ ਪੰਜਾਬ ਸਰਕਾਰ ਵੀ ਚੱਲਣ ਲੱਗ ਪਈ ਤੁਸੀਂ ਇਹਨਾਂ ਗੱਲਾਂ ਦਾ ਵੀ ਆਉਣ ਵਾਲੇ ਸਮੇਂ 'ਚ ਜਵਾਬ ਦੇਵਾਂਗੇ ਵੀ ਕੀ ਕੰਮ ਕੀਤਾ ਜਾ ਰਿਹਾ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ ਜੇ ਕਿਸਾਨਾਂ ਮਜ਼ਦੂਰਾਂ ਨੇ ਧਰਨੇ ਲਾਉਣੇ ਆ ਤਾਂ ਦਫ਼ਤਰਾਂ 'ਚ ਹੁਣ ਜਗ੍ਹਾ ਨਹੀਂ ਹੈਗੀ ਤਾਂ ਮਤਲਬ ਇਹ ਠੀਕ ਨਹੀਂ ਹੈਗਾ ਸੋ ਇਹਦਾ ਖਿਮਿਆਨਿਆਂ ਵੀ ਪੰਜਾਬ ਸਰਕਾਰ ਨੂੰ ਭੁਗਤਣਾ ਪਊਗਾ ਅਸੀਂ ਨਹੀਂ ਚਾਹੁੰਦੇ ਵੀ ਕੱਲ੍ਹ ਵਾਲਾ ਰੇਲ ਰੋਕੋ ਹੋਵੇ ਜੇ ਸਰਕਾਰ ਬਹਿ ਕੇ ਸਾਡੇ ਨਾਲ ਗੱਲ ਕਰਕੇ ਨਿਬੜ ਜਾਵੇ ਅਤੇ ਬਹੁਤ ਚੰਗੀ ਗੱਲ ਆ ਵੀ ਸਾਡੀਆਂ ਮਸਲਾ ਕਿਉਂਕਿ ਸਾਡਾ ਅੰਦੋਲਨ ਦਿੱਲੀ ਅੰਦੋਲਨ 2 ਚੱਲ ਰਿਹਾ ਉਹਦੀਆਂ ਲਗਾਤਾਰ ਤਿਆਰੀਆਂ 'ਚ ਰੁੱਝੇ ਹੋਏ ਹਾਂ ਉਹਦੇ ਕੰਮਾਂ 'ਚ ਲਗਾਤਾਰ ਰੁੱਝੇ ਹੋਏ ਹਾਂ ਤਾਂ ਇਸ ਕਰਕੇ ਅੱਜ ਦੇ ਮੋਰਚੇ ਵਿੱਚ ਪ੍ਰੈਸ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਸਾਥ ਦਿੱਤਾ ਜਾਵੇ ਧੰਨਵਾਦ।